ਕਿ ਫੈਮਿਲੀ ਵਿੱਚ ਪ੍ਰੋਬਲਮ ਚੱਲ ਰਹੀ ਹੈ, ਕੋਈ ਫਾਈਨੈਂਸ਼ੀਅਲ ਪ੍ਰੋਬਲਮ, ਇਸ ਕਰਕੇ ਮੈਨੂੰ ਸਟੱਡੀ ਦੇ ਨਾਲ ਨਾਲ ਕੰਮ ਵੀ ਕਰਨਾ ਪੈਂਦਾ ਗਾ। ਇੱਦਾਂ ਨਹੀਂ ਵੀ ਮੈਂ ਸਟੱਡੀ ਵਿੱਚ ਛੱਡ ਦਿੰਦੀ ਹਾਂ, ਮੈਂ ਪਹਿਲਾਂ ਕਾਲਜ ਜਾਂਦੀ, ਕਾਲਜ ਲੈਕਚਰ ਅਟੈਂਡ ਕਰਕੇ ਬਾਅਦ ਵਿੱਚ, ਉਦੋਂ ਬਾਅਦ ਮੈਂ 2 ਵਜੇ ਇੱਥੇ ਆਉਂਦੀ ਹਾਂ, ਉਦੋਂ ਬਾਅਦ ਮੈਂ ਸਟੱਡੀ ਕਰਕੇ ਫਿਰ ਘਰ ਚਲੀ ਜਾਂਦੀ ਹਾਂ, ਅਤੇ ਫਿਰ ਬਾਅਦ ਵਿੱਚ ਸ਼ਾਮੀ ਈਵਨਿੰਗ ਵਿੱਚ ਰਾਤੀ ਨੂੰ ਮੈਂ ਆਉਂਦੀ ਹਾਂ, ਅਤੇ ਸਿੱਧਾ 10:30 ਵਜੇ ਜਾਂਦੀ ਹਾਂ। ਹਾਂਜੀ, ਥੋੜ੍ਹਾ ਜਿਹਾ ਮੁਸ਼ਕਿਲ ਲੱਗਦਾ ਗਾ, ਬਟ ਟਾਈਮ ਉਸ ਹਿਸਾਬ ਨਾਲ ਜਲਦੀ ਉੱਠ ਜਾਂਦੀ ਵੀ 5 ਵਜੇ ਸਭ ਕੁਝ ਮੈਨੇਜ ਕਰ ਲਈਦਾ, ਥੋੜ੍ਹਾ ਰਾਤ ਲੇਟ ਨੂੰ ਸੌ ਜਾਈਦਾ, ਰਾਤ ਨੂੰ ਸਟੱਡੀ ਕਰ ਲਈਦੀ ਆ। ਮੈਨੂੰ ਇੱਦਾਂ ਹੁੰਦਾ ਵੀ ਹਾਂ, ਮੰਮੀ ਪਾਪਾ ਬਜ਼ੁਰਗ ਹੈਗੇ ਆ ਕਿ ਇਸ ਉਮਰ ਵਿੱਚ ਕੰਮ ਕਰ ਰਹੇ ਆ, ਅਤੇ ਜੇ ਮੈਂ ਉਹਨਾਂ ਦੇ ਨਾਲ ਹੈਲਪ ਕਰਵਾ ਰਹੀ ਹਾਂ, ਤਾਂ ਇਹਦੇ ਵਿੱਚ ਕੋਈ ਮਤਲਬ ਇੱਦਾਂ ਦਾ ਮੈਨੂੰ ਇਹ ਨਹੀਂ ਫੀਲ ਹੋਣਾ ਚਾਹੀਦਾ ਵੀ ਮੈਂ ਰੇਹੜੀਆਂ ਵਿੱਚ ਕੰਮ ਕਰਵਾ ਰਹੀ। ਕਿ ਫੈਮਿਲੀ ਵਿੱਚ ਪ੍ਰੋਬਲਮ ਚੱਲ ਰਹੀ ਹੈ, ਕੋਈ ਫਾਈਨੈਂਸ਼ੀਅਲ ਪ੍ਰੋਬਲਮ, ਇਸ ਕਰਕੇ ਮੈਨੂੰ ਸਟੱਡੀ ਦੇ ਨਾਲ ਨਾਲ ਕੰਮ ਵੀ ਕਰਨਾ ਪੈਂਦਾ ਗਾ। ਇੱਦਾਂ ਨਹੀਂ ਵੀ ਮੈਂ ਸਟੱਡੀ ਵਿੱਚ ਛੱਡ ਦਿੰਦੀ ਹਾਂ, ਮੈਂ ਪਹਿਲਾਂ ਕਾਲਜ ਜਾਂਦੀ, ਕਾਲਜ ਲੈਕਚਰ ਅਟੈਂਡ ਕਰਕੇ ਬਾਅਦ ਵਿੱਚ, ਉਦੋਂ ਬਾਅਦ ਮੈਂ 2 ਵਜੇ ਇੱਥੇ ਆਉਂਦੀ, ਉਦੋਂ ਬਾਅਦ ਮੈਂ ਸਟੱਡੀ ਕਰਕੇ ਫਿਰ ਘਰ ਚਲੀ ਜਾਂਦੀ ਹਾਂ, ਅਤੇ ਫਿਰ ਬਾਅਦ ਵਿੱਚ ਸ਼ਾਮੀ ਈਵਨਿੰਗ ਵਿੱਚ ਰਾਤੀ ਨੂੰ ਮੈਂ ਆਉਂਦੀ ਹਾਂ, ਅਤੇ ਸਿੱਧਾ 10:30 ਵਜੇ ਜਾਂਦੀ ਹਾਂ। ਹਾਂਜੀ, ਹਾਂਜੀ, ਥੋੜ੍ਹਾ ਜਿਹਾ ਮੁਸ਼ਕਿਲ ਲੱਗਦਾ ਗਾ, ਬਟ ਟਾਈਮ ਉਸ ਹਿਸਾਬ ਨਾਲ ਜਲਦੀ ਉੱਠ ਜਾਂਦੀ ਵੀ 5 ਵਜੇ ਸਭ ਕੁਝ ਮੈਨੇਜ ਕਰ ਲਈਦਾ, ਥੋੜ੍ਹਾ ਰਾਤ ਲੇਟ ਨੂੰ ਸੌ ਜਾਈਦਾ, ਰਾਤ ਨੂੰ ਸਟੱਡੀ ਕਰ ਲਈਦੀ ਆ, ਉਸ ਹਿਸਾਬ ਨਾਲ ਟਾਈਮ ਦੇ ਹਿਸਾਬ ਨਾਲ ਮੈਨੇਜ ਕਰ ਲਈਦਾ ਸਭ ਕੁਝ। ਮੈਨੂੰ ਇੱਦਾਂ ਹੁੰਦਾ ਵੀ ਹਾਂ, ਮੰਮੀ ਪਾਪਾ ਬਜ਼ੁਰਗ ਹੈਗੇ ਆ ਕਿ ਇਸ ਉਮਰ ਵਿੱਚ ਕੰਮ ਕਰ ਰਹੇ ਆ, ਅਤੇ ਜੇ ਮੈਂ ਉਹਨਾਂ ਦੇ ਨਾਲ ਹੈਲਪ ਕਰਵਾ ਰਹੀ ਹਾਂ, ਤਾਂ ਇਹਦੇ ਵਿੱਚ ਕੋਈ ਮਤਲਬ ਇੱਦਾਂ ਦਾ ਮੈਨੂੰ ਇਹ ਨਹੀਂ ਫੀਲ ਹੋਣਾ ਚਾਹੀਦਾ ਵੀ ਮੈਂ ਰੇਹੜੀਆਂ ਵਿੱਚ ਕੰਮ ਕਰਵਾ ਰਹੀ। ਅੱਗੇ ਜਾ ਕੇ ਜੇ ਅੱਜ ਮੈਂ ਛੋਟਾ ਕੰਮ ਕਰ ਰਹੀ ਹਾਂ, ਅੱਗੇ ਜਾ ਕੇ ਜੇ ਮੈਨੂੰ ਕੋਈ ਜੋਬ ਲੱਗੂਗੀ, ਜੇ ਹੁਣੇ ਹੀ ਤੋਂ ਮੈਨੂੰ ਐਕਸਪੀਰੀਅੰਸ ਹੋ ਜੂ, ਅੱਗੇ ਜਾ ਕੇ ਫਿਰ ਮੈਨੂੰ ਡੀਲ ਕਰਨਾ ਆਜੂਗਾ ਲੋਕਾਂ ਨਾਲ ਵੀ ਕਿੱਦਾਂ ਡੀਲ ਕਰਦਾ, ਕਿਉਂਕਿ ਅੱਜ ਕੱਲ੍ਹ ਦੀ ਦੁਨੀਆ ਇੰਨੀ ਕੁ ਓਵਰ ਕੌਨਫੀਡੈਂਸ ਹੈਗੀ ਹੈ, ਅੱਗੇ ਨਿਕਲੇ ਅੱਜ ਕੱਲ੍ਹ ਦੇ ਛੋਟੇ ਤੋਂ ਛੋਟੇ ਬੱਚੇ ਇੰਨੇ ਜ਼ਿਆਦਾ ਸਿਆਣੇ ਹੁੰਦੇ, ਬਹੁਤ ਜ਼ਿਆਦਾ ਅੱਗੇ ਨਿਕਲੇ। ਜੇ ਆਪਾਂ ਅੱਜ ਕੰਮ ਕਰਾਂਗੇ, ਆਈ ਨਹੀਂ ਵੀ ਹੁਣ ਆਪਾਂ ਵੱਡਾ ਕੰਮ ਕਰਦੇ, ਆਪਾਂ ਦੂਜੇ ਲੋਕ ਵੱਡੀ ਵੱਡੀ ਕੰਪਨੀ ਜੋਬ ਕਰਦੇ, ਮੈਂ ਇੱਥੇ ਸੜਕ 'ਤੇ ਕੰਮ ਕਰ ਰਹੀ, ਮੈਨੂੰ ਇੱਦਾਂ ਫੀਲ ਹੁੰਦਾ। ਅੱਗੇ ਜਾ ਕੇ ਕੱਲ੍ਹ ਨੂੰ ਹੁਣ ਮੈਂ ਮਿਹਨਤ ਕਰ ਲਈ, ਹੁਣ ਸਟਰਗਲ ਕਰ ਲਈ ਹਾਂ, ਕੱਲ੍ਹ ਨੂੰ ਜਾ ਕੇ ਮੈਨੂੰ ਵੱਡੀ ਕੋਈ ਜੋਬ ਮਿਲੇਗੀ, ਗੌਰਮੈਂਟ ਜੋਬ ਮਿਲੇਗੀ ਫਿਰ, ਅਤੇ ਫਿਰ ਜਾ ਕੇ ਅੱਗੇ ਮੈਨੂੰ ਜ਼ਿਆਦਾ ਵਧੀਆ ਮਤਲਬ ਕਿ ਇਸ ਤੁਸੀਂ ਅੱਜ ਕੱਲ੍ਹ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਵੀ ਕੋਈ ਵੀ ਕੰਮ ਨੂੰ ਵੱਡਾ ਜਾਂ ਛੋਟਾ ਨਾ ਸਮਝੋ, ਵੀ ਹਾਂ ਵੀ ਮੈਂ ਘਰ ਦੇ, ਜਦੋਂ ਘਰ ਦੇ ਆਪਣੇ ਲਈ ਇੰਨਾ ਕਰ ਰਹੇ ਆ, ਤਾਂ ਆਪਾਂ ਵੀ ਥੋੜ੍ਹਾ ਜਿਹਾ ਉਹਨਾਂ ਦਾ ਸਾਥ ਦੇ ਦਾਂਗੇ। ਜ਼ਰੂਰੀ ਨਹੀਂ ਵੀ ਹੈ ਨਾ ਵੀ ਕੋਈ ਵੀ, ਹੁਣ ਸਾਡੀ ਛੋਟੀ ਦੁਕਾਨ, ਪਹਿਲਾਂ ਸਾਡੀ ਉੱਥੇ ਸਭ ਦੇ ਕੋਲ ਦੁਕਾਨ ਸੀ, ਸਿਰਫ ਸਾਡਾ ਇੰਨਾ ਸੀ, ਹੁਣ ਅਸੀਂ 3 ਜਣੇ ਮਿਲ ਕੇ ਕਰ ਰਹੇ, ਸਾਡਾ ਕੰਮ ਇਨਕਰੀਜ਼ ਹੋ ਗਿਆ, ਹੁਣ ਅਸੀਂ 2 ਰੇੜੀਆਂ ਕਰ ਲਈਆਂ, ਵਿੱਚ ਜੂਸ ਦਾ ਕੰਮ ਕਰ ਲਿਆ, ਹੁਣ ਇਸ ਸਾਨੂੰ ਜੇ ਇੱਦਾਂ ਹੀ ਕੰਮ ਚੱਲਦਾ ਰਿਹਾ, ਵਧੀਆ ਕੰਮ ਚੱਲਦਾ ਰਿਹਾ, ਫਿਰ ਥੋੜ੍ਹਾ ਹੋਰ ਕੰਮ ਵਧਾ ਲਾਂਗੇ, ਮਤਲਬ ਕਿ ਸਾਥ ਦੇਣਾ ਚਾਹੀਦਾ। ਅਤੇ ਆਏ ਨਹੀਂ ਵੀ ਇਕੱਲੀ ਸਟੱਡੀ ਜ਼ਰੂਰੀ ਜਾਂ ਇਕੱਲਾ ਕੰਮ, ਸਭ ਕੁਝ ਵੇਖਣਾ ਚਾਹੀਦਾ ਆਪਾਂ ਨੂੰ ਸਟੱਡੀ ਦੇ ਨਾਲ ਨਾਲ, ਫਿਰ ਹੀ ਆਪਾਂ ਨੂੰ ਵਰਕ ਐਕਸਪੀਰੀਅੰਸ ਵੀ ਆਉਂਦਾ। ਅੱਗੇ ਕੰਮ ਕਰ ਰਹੇ ਥੇ, ਰਾਈਸ ਮਿਲ ਮੇਂ ਕੰਮ ਕਰ ਰਹੇ ਥੇ, ਡੀਆਰ ਰਾਈਸ ਮਿਲ ਮੇਂ, ਵਹਾਂ ਪਰ ਪੈਸਾ ਨਹੀਂ ਦੇਣੇ ਕਾਰਨ ਠੇਕੇਦਾਰੀ ਛੋੜਨੇ ਪੜੇਗੀ, ਵਹਾਂ ਪਰ ਸੇ ਆ ਕੇ 3000 ਕਾ 3000 ਕਿਸੀ ਕਰਜ਼ਾ ਚੱਕ ਕੇ ਤਬ ਕੰਮ ਸ਼ੁਰੂ ਕਰੇ ਹੈ, ਉਸ ਟਾਈਮ ਸੇ ਥੋੜ੍ਹਾ ਬਹੁਤ ਰੋਟੀ ਕਾ ਮੇਰਾ ਢੰਗ ਨਹੀਂ ਚਲਤੇ ਰਹਿ ਗਿਆ ਹੈਗਾ, ਇਸੀ ਮੇਂ ਬੱਚੇ ਪੜ੍ਹਾਤੇ ਹੈ, ਬੱਚੇ ਕੇ ਜੋ ਨਹੀਂ ਪੂਰਾ ਹੋਇਆ ਪੈਸੇ, ਫਿਰ LIC ਦਫ਼ਤਰ ਸੇ 70,000 ਰੁਪਇਆ ਮੈਂ ਕਰਜ਼ਾ ਲਈ ਹੈ। तो बच्चे आपके कौन सी क्लास में पढ़ते हैं? BCOM कर रहा है। बेटी BCOM कर, हाँ जी, ITI कर रहा है। ITI, हाँ जी, हाँ जी, ITI कर रहा है, हाँ जी, हाँ जी। तो BCOM की पढ़ाई का खर्चा भी बहुत आता होगा? हाँ जी, काफ़ी खर्चा आता है, 400-500 रुपया बचता है, इसी में मैं गुजारा कर रहे हैं, बेटी भी अपना थोड़ा बहुत खर्चा कर लेते हैं, कपड़ा थोड़ा पा लेते, बेटी मैं बेटा का और बेटी पढ़ा रहे हैं। बेटी पूरा दिन आपका साथ काम करती है? हाँ जी, सुबह 5 बजे उठ के रोटी थोड़ा नाश्ता बना के आधा घंटा में 5-6 परोठा, उसको बाद मेरे साथ आकर काम करा देता है 8:30 बजे तक, उसको बाद कॉलेज चल जाते हैं, कॉलेज से 2 बजे आके फिर रोटी बना के फिर मेरे साथ आके काम। इसलिए कहना चाहती हूँ पंजाब सरकार नु, मैं क्योंकि मेरी मजबूरी सी, बहुत प्रॉब्लम आ गई सी, मैं बच्चे नु चल कराना चाहते हैं, अगर करा के कुछ गवर्नमेंट जॉब करवाना चाहती हैं, ਇਹ ਕਿਉਂਕਿ ਸਾਡੀ ਮਜ਼ਬੂਰੀ, ਇਹ ਪਹਿਲੇ ਕੰਮ ਕਰਦੇ ਸੀ ਸੈਲਰ ਤੋਂ ਠੇਕੇਦਾਰੀ, ਉਹ ਲੇਬਰਾਂ ਨੂੰ ਪੈਸੇ ਮਾਰ ਲਿਆ ਸਾਡੇ ਅਗਲੇ ਨੇ, ਫਿਰ ਮੈਂ ਕਿਹਾ ਵੀ ਉਹ ਕੰਮ ਛੱਡ ਦਿਓ ਲੋਕਡਾਊਨ ਮੈਂ, ਫਿਰ ਆਪਣਾ ਕੰਮ ਸ਼ੁਰੂ ਕਰੋ, ਫਿਰ ਇਹ 3000 ਤੋਂ ਆ ਕੰਮ ਸ਼ੁਰੂ ਕੀਤਾ, ਮੇਰੇ 5 ਲੱਖ ਰੁਪਇਆ ਦੇਣ ਵਾਲੇ ਸੀ ਲੇਬਰਾਂ ਦਾ, ਫਿਰ ਮੈਂ ਕਰਜ਼ਾ ਲੋਨ ਚੱਕਿਆ, ਲੋਨ ਚੱਕ ਕੇ ਅਤੇ ਵੀ LIC ਦਫ਼ਤਰ ਤੋਂ ਫਿਰ ਉਹ ਦਿੱਤਾ ਮੈਂ ਉਹਨਾਂ ਨੂੰ, ਫਿਰ ਥੋੜ੍ਹਾ ਕਮਾ ਕੇ ਕਰਜ਼ਾ ਦਿੱਤੇ, ਫਿਰ ਬੱਚੇ ਨੂੰ ਇੱਕ ਬੇਟਾ ਇੱਕ ਬੇਟੀ ਆ, ਬੇਟਾ ITI ਕਰਦਾ, ਬੇਟੀ BCOM ਲਾਸਟ ਈਅਰ 'ਚ ਆ, ਬੇਟਾ ਵੀ ਦਿਹਾੜੀ ਕਰਦੀ ਆਪਦਾ ਕੰਮ ਕਰਕੇ, ਉਹ ਵੀ ਪੜ੍ਹਦੀ ਆ, ਠੀਕ ਹੈ ਜੀ, ਆਪਣਾ ਘਰ ਚਲਾਉਂਦੇ ਆ, ਅਸੀਂ ਦੋਨੋਂ ਮੀਆਂ ਵੀ ਇੱਥੇ ਰਹਿੰਦੀ ਆ, ਬੇਟੀ ਵੀ ਮੇਰੇ ਨਾਲ ਹੁੰਦੀ ਆ, ਸਵੇਰ 5 ਵਜੇ ਉੱਠ ਕੇ ਨਾਸ਼ਤਾ
नाश्ता बनाऊंगी, नाश्ता बना के आपके पापे नाल काम कराते, रेहड़ियाँ लगाते, रेहड़ियाँ लगवा के 8:30 बजे कॉलेज जाती है, 8:30 बजे के बाद 2 बजे कॉलेज तो आँदी है, घर रोटी बनाती है, रोटी बना के हूँ तो 2:30-3 बजे इतने रेहड़ियाँ तो आ जाती है, फिर शाम चली जाती 7 बजे, 7 बजे चल के फिर रोटी बना के फिर 9-10 बजे तक आ जाती है, फिर 11 बजे साढ़े नाल रही है, 11-11:30 बजे असं घर जाती है। बहुत ज़्यादा महसूस करते, ताकि यह नहीं सोचे कि बेटी है तो बेटी हैगा, बेटी नहीं, बेटे सामने तो बेटा बेटी दोनों बराबर हैगा, बेटे नाल वध के असं सारे बेटे हाँ दो है। हाँ जी मैं समझती हूँ भी मेरे को बेटा नहीं, बेटी नहीं है, बेटा है, दोनों बेटा है, हाँ जी सब कुछ इसका बहुत वधिया लगता बई काम करते हैं, असं इतों लंघते हैं हर रोज़ फ्रूट लैके आने, बहुत मेहनत करती है कुड़ी ये, बहुत वधिया वा जी, आपां बहुत वधिया लग रहा कि अपन बेटिया काम कर दियाँ वा, तो बहुत फख्र महसूस होंगे आपदे आप नूं, आपदा घर का काम भी करते स्टडी के नाल, बहुत वधिया लगता जी।